ਪੰਜਾਬ ਚਿਰਚਾ ਮਰਵਾ ਦੇਵੇ ਪੈਰਾਂ ਥੱਲੇ ਅੱਗ ਮਚਾ ਦੇਵਾਂਗੇ ਅੱਗ ਇਹ ਉਹਨੇ ਵਾਰਸ ਨੇ ਜਿਹਨੇ 7.5 ਲੱਖ ਨਾਲਾ ਇੱਕ ਲੜਾਇਆ ਇੱਕ ਇਸ ਕਰਕੇ ਧਿਆਨ ਮਾਰਨੀ ਸੈਂਟਰ ਦੀਆਂ ਸਰਕਾਰੇ ਇਹ ਪੰਜਾਬ ਦੇ ਬਹਾਦਰ ਲੋਕ ਨੇ ਇਹਨਾਂ ਨੇ ਕਦੇ ਵੀ ਝੂਠਾ ਨਹੀਂ ਕਰਨਾ ਹੱਥ ਚ ਇੰਨਾ ਹੀ ਸੋਚ ਕੇ ਦੇਖੀ ਬਾਕੀ ਗੱਲ ਬਾਤ ਦਿੱਲੀ ਏ ਦਿੱਲੀ ਤੋਂ ਖੈਪੁਰ ਦੇ ਤੱਕ ਕਸਦਾ ਸੀ ਰਾਜ ਨੀ ਦਿੱਲੀ ਏ ਕਸਦਾ ਸੀ ਰਾਜ ਨੀ ਦਿੱਲੀ ਏ ਹੁਣ ਨਹੀਂ ਉਹ ਹੱਟਦੇ ਪਿੱਛੇ ਪਾਸਾ ਇੱਕ ਕਰ ਜਾਂਦੇ ਮੋਦੀ ਸਰਕਾਰ ਮਰੇ ਤੇ ਨਹੀਂ ਸੀ ਕਾ ਤੂੰ ਤੂੰ ਛੇੜ ਲਿਆ ਹੁਣ ਆਣੀ ਜਾਣਾ ਤਾਣਾ ਜਿਹੜਾ ਤੂੰ ਢੇੜ ਲਿਆ ਕਈਆਂ ਤੇ ਕਸੀਏ ਛੱਡ ਲੈ ਤੇ ਗਾਂ ਹੱਥ ਖੜ ਜਾਂਗੇ ਪੈਂਦੀ ਹੈ ਭੀੜ ਸਦਾ ਹੀ ਹੱਕ ਆਪਣੇ ਲਈ ਧਰਨਿਆਂ ਤੇ ਬਹਿਗਾ ਦਿੱਲੀਏ ਆਪਣੇ ਲਈ ਧਰਨਿਆਂ ਤੇ ਬਹਿਗਾ ਦਿੱਲੀਏ ਨੀ ਅਸੀਂ ਵੱਟਾਂਗੇ ਜੇ ਸਾਡੀ ਪੈਲੀ ਚ ਬਗਾਨਾ ਪੈਰ ਪੈ ਗਿਆ ਦਿੱਲੀਏ ਨੀ ਅਸੀਂ ਵੱਟਾਂਗੇ ਪੈਲੀ ਚ ਬਗਾਨਾ ਕੋਈ ਬਹਿ ਗਿਆ ਦਿੱਲੀਏ ਨੀ ਅਸੀਂ ਵੱਟਾਂਗੇ ਆਪ ਕਿਸੇ ਦੇ ਪਿਓ ਦੀ ਨੀ ਜਗੀਰ ਵੱਟਾ ਸਾਡੀਆਂ ਆਸ਼ਕੀ ਅਸੀਂ ਤੇ ਸਾਡੀ ਹੀਰ ਵੱਟਾ ਸਾਡੀਆਂ ਆ ਕਿਸੇ ਦੇ ਪਿਓ ਦੀ ਨੀ ਜਗੀਰ ਵੱਟਾ ਸਾਡੀਆਂ ਆਸ਼ਕੀ ਅਸੀਂ ਤੇ ਸਾਡੀ ਹੀਰ ਵੱਟਾ ਸਾਡੀਆਂ ਹੁਣ ਪਾਣੀ ਸਿਰਾਂ ਉੱਪਰੋਂ ਦੀ ਬਹਿ ਗਿਆ ਦਿੱਲੀਏ ਪਾਣੀ ਸਿਰਾਂ ਉੱਪਰੋਂ ਦੀ ਬਹਿ ਗਿਆ ਦਿੱਲੀਏ ਨੀ ਅਸੀਂ ਵੱਟਾਂਗੇ ਜੇ ਸਾਡੀ ਪੈਲੀ ਚ ਬਗਾਨਾ ਪੈਰ ਪੈ ਗਿਆ ਦਿੱਲੀਏ ਨੀ ਅਸੀਂ ਵੱਟਾਂਗੇ ਖੇਤਾਂ ਚ ਬਗਾਨਾ ਕੋਈ ਬਹਿ ਗਿਆ ਦਿੱਲੀਏ ਨੀ ਅਸੀਂ ਵੱਟਾਂਗੇ ਸੋ ਇਸ ਵੇਲੇ ਜਿਹੜਾ ਤੀਸਰਾ ਬਿੱਲ ਵੀ ਰਾਜ ਸਭਾ ਦੇ ਵਿੱਚ ਪਾਸ ਹੋ ਚੁੱਕਾ ਹੈ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਇਸ ਬਿੱਲ ਨੂੰ ਜਿਹੜਾ ਹੁਣ ਭੇਜਿਆ ਜਾਵੇਗਾ ਵਿਰੋਧੀ ਧਿਰਾਂ ਦੀ ਗੈਰ ਹਾਜ਼ਰੀ ਵਿੱਚ ਹੀ ਕਿਸਾਨਾਂ ਦੇ ਇਸ ਬਿੱਲ ਨੂੰ ਫਿਰ ਪਾਸ ਕੀਤਾ ਗਿਆ ਤੇਰੀਆਂ ਕਦਾਤੇ ਦੇ ਨਾ ਹੋਣ ਨੀਤਾ ਕਾਲੀ